ਬਲਦੇਵ ਸਿੰਘ ਦਾ ਨਾਵਲ ਕਲਰੀ ਧਰਤੀ ਦਾ ਤੀਸਰਾ ਅੰਗ ਫਿਰ ਦਿਨ ਮਹੀਨੇ ਤੇ ਵਰਿਆਂ ਤੱਕ ਕਿਦਰੀ ਕੋਈ ਗੱਲ ਵੀ ਹੁੰਦੀ ਤਾਂ ਸ਼ਰਿਆਮ ਨਾ ਹੁੰਦੀ ਇਸ ਤਰ੍ਹਾਂ ਪਿੰਡ ਮਹਾਕੁਰ ਦੀ ਕੁੜੀ ਦੇ ਵਿਆਹ ਦੀ ਗੱਲ ਫੁੱਲ ਫੁਲਾ ਬੈਠਾ ਕਦੇ ਕਦੇ ਕਿਸੇ ਦੇ ਵਿਆਹ ਸਾਹੇ ਤੇ ਜੁੜੀਆਂ ਤੀਵੀਆਂ ਝੂਰਦੀਆਂ ਸੀ ਬੋ ਨੂੰ ਰੱਬ ਦੀ ਬੰਦੀ ਆ ਕੇ ਹਮਦਰਦੀ ਦਿਖਾਉਂਦੀਆਂ ਕੋਈ ਆਖਦੀ ਕੋਹੜੀ ਪਤਾ ਨਹੀਂ ਕੀ ਲੇਖਾਂ ਚ ਲਿਖਾ ਕੇ ਜੰਮੀ ਐ ਇਹ ਤਾਂ ਭਗਤਾਂ ਨੂੰ ਹੋਊ ਕੋਈ ਪਿਛਲੇ ਯੁੱਗ ਦੀ ਦੁੱਜੀ ਕਹਿੰਦੀ ਮੇਲਾ ਵਿਛੜਨ ਤੇ ਗੱਲ ਫੇਰ ਆਈ ਗਈ ਹੋ ਜਾਂਦੀ ਤੇ ਹੁਣ ਇੱਕ ਪ੍ਰਤਾਪੀ ਤੱਕੀ ਸਾਰਾ ਪਿੰਡ ਇਸ ਖਬਰ ਦੀ ਨੇਰੀ ਨਾਲ ਹਲੂਣਿਆਂ ਗਿਆ ਜਦੋਂ ਲੋਕਾਂ ਦੀ ਕਿਸੇ ਗੱਲ ਬਾਰੇ ਕੋਈ ਧਾਰਨਾ ਬਣ ਜਾਂਦੀ ਹੈ ਤਾਂ ਉਹ ਕੋਈ ਬਾਣਾ ਜਾਂ ਹੋਣੀ ਮੰਨ ਕੇ ਉਸ ਅੱਗੇ ਸਿਰ ਨਿਵਾ ਦਿੰਦੇ ਐ ਸਾਵੇਂ ਰੌਂਚ ਤੁਰਦੇ ਰਹਿੰਦੇ ਐ ਪਰ ਜਦੋਂ ਕਦੇ ਅਜਿਹੀ ਧਾਰਨਾ ਟੜਕਦੀ ਐ ਤਾਂ ਜਿਵੇਂ ਕੋਈ ਖੜੇ ਪਾਣੀਆਂ 'ਚ ਪੱਥਰ ਸੁੱਟ ਕੇ ਹਲਚਲ ਪੈਦਾ ਕਰ ਦਿੰਦਾ ਐ ਇਵੇਂ ਲੋਕਾਂ ਦੀ ਸੋਚ ਉਥਲ-ਪੁਥਲ ਹੋ ਜਾਂਦੀ ਐ ਤੇ ਕੁਝ ਜਾਣਨ ਲਈ ਉੱਚੜ-ਪੈੜੀਆਂ ਲੈਣ ਲੱਗਦੀ ਐ ਸਾਰੇ ਪਿੰਡ ਲਈ ਸੀਬੂ ਦੇ ਵਿਆਹ ਦੀ ਗੱਲ ਕੋਈ ਅਲੋਕਾਰ ਗੱਲ ਸੀ ਪਿੰਡ ਦੀ ਸਾਥ ਚ ਗੱਲਾਂ ਹੁੰਦੀਆਂ ਕਮੀ ਧੰਦੀ ਲੱਗੀਆਂ ਤੀਵੀਆਂ ਇੱਕ ਦੂਜੀ ਨਾਲ ਇਹੀ ਗੱਲਾਂ ਕਰਦੀਆਂ ਪਾਣੀ ਭਰਨ ਗਈਆਂ ਕੁੜੀਆਂ ਮੁਟਿਆਰਾਂ ਕੋਲ ਇਹੀ ਇੱਕੋ ਗੱਲ ਸੀ ਨੀ ਸੀਬੂ ਦਾ ਵਿਆਹ ਸੀਬੂ ਦਾ ਵਿਆਹ ਇੱਕ ਜਹੀ ਗੱਲ ਸੀ ਜਿਹੜੀ ਪਿੰਡ ਦੀ ਫਿਜ਼ਾ ਚ ਪੰਛੀਆਂ ਜਨੌਰਾਂ ਦੇ ਮੂੰਹ ਵੀ ਨਿਕਲਦੀ ਪਾਸਦੀ ਸੀ ਸਾਥ ਚ ਬੈਠਾ RAMSEH ON ਰਹਿ ਰਾਸਤਾ ਪਾਠ ਕਰ ਰਿਆ ਸੀ ਪਖਰ ਸਿੰਘ ਓਕੜੂ ਜਿਹਾ ਹੋ ਕੇ ਉਹਦੇ ਕੋਲ ਆ ਕੇ ਬੈਠ ਗਿਆ RAMSEH ON ਚੁੱਪ ਕਰ ਗਿਆ ਉਹਨੇ ਪਖਰ ਸਿੰਘ ਨੂੰ ਗੋਡਿਆਂ ਤੇ ਹੱਥ ਧਰ ਕੇ ਹੌਲੀ ਹੌਲੀ ਬੈਠਦਾ ਦੇਖ ਲਿਆ ਸੀ ਬੋਲਿਆ ਪਖਰ ਸਿਆ ਹੁਣ ਕਿਵੇਂ ਆ ਗੋਡੇ ਐਵੇਂ ਟੱਕਰ ਆਈਆਂ RAMSEH ON ਲੋਟ ਨੂੰ ਟਿਕਟ ਬਸ ਆਇਆ ਹੀ ਖੜਾ ਥਾਂ ਭਾਲਦਾ ਕਿੱਥੇ ਇਕ ਜਾਵਾਂਗੇ ਪਖਰ ਅਸਮਾਨ ਵੱਲ ਝਾਕਿਆ ਅਜੇ ਤਾਂ ਤਕੜਾ ਹੈ ਰਾਮਸੀਓ ਨੇ ਉਹਦੇ ਚਿਹਰੇ ਵੱਲ ਝਾਕਦੇ ਆਖਿਆ ਤਕੜੇ ਟੁਕੜੇ ਕੋਈ ਨਹੀਂ ਭਰਾਵਾ ਨਾ ਜਵਾਈ ਨਹੀਂ ਗੋਡਿਆਂ 'ਚ ਬਰੂਦ ਭਰਾਇਆ ਸੀ ਭੋਰਾ ਫਰਕ ਨਹੀਂ ਹੁਣ ਤਾਂ ਆਪਾਂ ਪੁੱਗੇ ਹੀ ਖੜੇ ਆ ਪਾਖਰ ਸਿੰਘ ਨੇ ਉਦਰਿਆਂ ਜਿਹਾ ਜਵਾਬ ਦਿੱਤਾ ਹੋਰ ਪਾਖਰ ਸਿਆਂ ਬੁੜੀ ਨੂੰ ਅਕਲ ਤਾਂ ਆਈ ਐ ਸੁਣਿਆ ਰਾਮਸੀਓ ਨੂੰ ਆਪਣਾ ਬੁੱਢਾਪਾ ਵੀ ਜਰਕਦਾ ਲੱਗਿਆ ਤਾਂ ਗੱਲ ਹੋਰ ਪਾਸੇ ਪਾ ਲਈ ਹੈ ਪਾਖਰ ਸਿੰਘ ਉਹਦੀ ਗੱਲ ਨਹੀਂ ਸਮਝਿਆ ਕਿੱਥੇ ਗੋਡੇ ਕਿੱਥੇ ਬੁੜੀ ਉਹ ਮਾਂ ਕੁੜ ਵਿਆਹ ਲੱਗਿਆ ਕਰਨ ਕੁੜੀ ਦਾ ਰਾਮ ਸਿੰਘਾ ਉਹਦੀ ਵਿਚਾਰੀ ਦਾ ਕਾਹਦਾ ਤੋਸ਼ ਐ ਤਿੰਨ ਸਾਲ ਪੂਰੇ ਕੁੜੀ ਮੰਗੀ ਰਹੀ ਪਹਿਲਾਂ ਅਗਲਿਆਂ ਨੇ ਵਿਆਹ ਹੀ ਨਹੀਂ ਲਿਆ ਕਹਿੰਦੇ ਘੋੜੀ ਜੋੜੀ ਲੈਣੀ ਐ ਕੋਈ ਪੁੱਛਣ ਵਾਲਾ ਹੋਵੇ ਬਈ ਸਾਲਿਓ ਤੁਸੀਂ ਘੋੜੀ ਤੇ ਫੀਮ ਬਲੈਕ ਕਰਨੀ ਐ ਰਾਮ ਸਿੰਘਾ ਤੂੰ ਸੋਚ ਚਾਰ ਪੰਜ ਘੁਮਾਂ ਚ ਸਾਲਾ ਲੋਹੇ ਦਾ ਹਾਲ ਤਾਂ ਬਣਦਾ ਨਹੀਂ ਬਥੇਰਾ ਭੱਜੀ ਨੱਠੀ ਵੀ ਮਾਂ ਕੋ ਰਾਪ ਸਾਰੀਆਂ ਰਿਸ਼ਤੇਦਾਰੀਆਂ ਚ ਨੱਕ ਰਗੜਾਈ ਸਾਰਿਆਂ ਦਾ ਭਰਾਵਾ ਇਹੀ ਹਾਲ ਐ ਜੇ ਅੱਗਾ ਟਕੀ ਦਾ ਪਿੱਛਾ ਨੰਗਾ ਹੋ ਜਾਂਦਾ ਜੇ ਪਿੱਛਾ ਟਕੀ ਦਾ ਅੱਗਾ ਨੰਗਾ ਹੋ ਜਾਂਦਾ ਚੰਗੀ ਭਲੀ ਕੁੜੀ ਸੀ ਮੌਰ ਕੰਮ ਦੀ ਕਰਿੰਦੀ ਘਰ ਦਾ ਦੂਜੇ ਪਾਸੇ ਮੂੰਹ ਕਰ ਦਿੰਦੀ ਮੰਨਈ ਨਾ ਰਾਮ ਸਿਆਂ ਉਹ ਤਾਂ ਮੁੰਡਾ ਕਿਤੇ ਹੋਰ ਵਿਆਹ ਲਿਆ ਰੋ ਧੋ ਕੇ ਵਿਚਾਰੀ ਬਹਿ ਗਈ ਕੀ ਕਰਦੀ ਬੰਦਾ ਸਿਰ ਤੇ ਹੈ ਨਹੀਂ ਜਾ ਗਰੂ ਅੜਬੈ ਘਰੇ ਚ ਨਿਤ ਕਲੇਸ਼ ਪਾਈ ਰੱਖਦਾ ਆਪ ਕਰਨ ਜੋਗਾ ਕੁਛ ਨਹੀਂ ਪਾਖਰ ਸਿੰਘ ਮਹਾਕੁਰ ਦਾ ਗਵਾਂਢੀ ਕਰਦੀ ਸਾਰੀ ਵਿਥਿਆ ਸੁਣਾ ਗਿਆ। ਪਖਰ ਸਿਆਂ ਆ ਤਾਂ ਨਵੀਂ ਹਿਸਟਰੀ ਸੁਣਾਤੀ। ਆਰਾਮ ਸਿੰਘ ਹੈਰਾਨੀ ਨਾਲ ਬੋਲੇ। ਨਾ ਜਦ ਕੋਈ ਗੱਲ ਹੀ ਨਹੀਂ ਕਰਦਾ। ਫਿਰ ਕਿਹਦੇ ਕੋਲ ਢੋਲ ਵਜਾਉਂਦੇ ਫਿਰਿਏ? ਤੂੰ ਆਪ ਸੈਣਾ। ਇਹ ਤਾਂ ਬਈ ਮਾਂਕੁਰ ਨਾਲ ਥੱਕਾ ਹੀ ਹੋਇਆ ਫਿਰ। ਆਰਾਮ ਸਿੰਘ ਨੂੰ ਪਹਿਲੀ ਵਾਰ ਮਾਂਕੁਰ ਨਾਲ ਹਮਦਰਦੀ ਜਾਗੀ। ਥੱਕੇ ਵਰਗਾ ਥੱਕਾ। ਕਮਲਿਆ ਕੁੜੀ ਦਰਾਂ 'ਚ ਬੈਠੀ ਰਹਿ ਗਈ ਸੀ। ਅੱਡੀਆਂ ਖਸਾਕਸਾ ਹੋਣ ਕਿਤੇ ਸੁਣੀ ਹੈ ਰੱਬ ਨੇ। ਕਿੱਥੋਂ ਟੁਕਣਾ? ਕਲਕੱਤਿਆਂ ਆਂਦੇ ਐ। ਸੁਣਿਆ ਚੰਗਾ ਸਰਮਾਇਦਾਰ ਹੈ ਗੱਡੀਆਂ ਦਾ ਕੰਮ ਹੈ ਬਲਾਂ ਤਕੜਾ ਕਹਿੰਦੇ ਅੱਜ ਗਰਾਮਾਂ ਕੰਨੀ ਕਿਸੇ ਪਿੰਡ ਦਾ ਹੈ ਚਲੋ ਚੰਗਾ ਹੋਇਆ ਸੌਰੀ ਨੇ ਜਿੰਨਾ ਨਰਕ ਭੋਗਿਆ ਚਾਰ ਦਿਨ ਸੁੱਖ ਦੇ ਦੇਖ ਲੂ ਰਾਮ ਸਿੰਘ ਨੇ ਖੁਸ਼ ਹੋ ਕੇ ਕਿਹਾ ਇਹ ਤਾਂ ਉਮਰਾ ਉਮਰਾਂ ਦੇ ਮੇਲੇ ਆ ਰਾਮ ਸਿੰਘ ਹੁਣ ਦੁੱਖ ਸੁੱਖ ਕਾਦੇ ਐਵੇਂ ਚਿੱਤ ਨੂੰ ਤਸੱਲੀ ਦੇਣ ਤੀਵਿਆਂ ਦਾ ਰੰਗ ਰੂਪ ਤਾਂ ਮਰਦ ਦੀ ਜੁੱਤੀ ਕਸਣ ਜਿੰਨੇ ਚਿਰ ਚੜ੍ਹ ਜਾਂਦਾ ਹੈ ਪਾਖਰ ਸਿੰਘ ਆਪਣੇ ਖਰੜ ਗਿਆਨ ਦੀ ਗੱਲ ਕਰ ਗਿਆ ਉਹ ਵੀ ਤਕੜੀ ਉਮਰ ਦਾ ਹੀ ਹੋਊ ਫਿਰ RAMSION ਨੇ ਅੰਦਾਜ਼ਾ ਲਾਇਆ ਸ਼ਾਇਦ ਸਾਖ ਖਾਨ ਪਰਵਾਨ ਦਾ ਹੀ ਹੋਣਾ ਹੈ ਬਈ ਇਹਨਾਂ ਤਾਂ ਪਤਾ ਨਹੀਂ ਪਾਖਰ ਸਿੰਘ ਨੇ RAMSION ਦਾ ਗੋਡਾ ਨੱਪ ਕੇ ਇਸ਼ਾਰਾ ਕੀਤਾ ਜਾਗਰ ਸੋਤੇ ਹੋਏ ਹਲ ਛੱਡ ਕੇ ਮੁੜਿਆ ਹੁੰਦਾ ਸੀ ਅੱਗੇ-ਅੱਗੇ ਬਲਦ ਪਿੱਛੇ-ਪਿੱਛੇ ਵਾਪਚਰੀ ਦੀ ਭਰੀ ਲਈ ਤੁਰਿਆ ਆ ਰਿਹਾ ਸੀ ਉਹਨੂੰ ਦੇਖ ਕੇ ਉਹ ਦੋਵੇਂ ਚੁੱਪ ਕਰ ਗਏ ਅੰਗ ਚੌਥਾ ਮਹਾਕੁਰ ਨੂੰ ਆਪ ਵੀ ਯਾਦ ਨਹੀਂ ਸੀ ਉਨੇ ਸੀ ਬੋਲੀ ਕਿੰਨੇ ਘਰ ਵੇਖੇ ਸੀ ਕਿੰਨਿਆਂ ਰਾਵਾਂ ਦੀ ਧੂੜ ਫੱਕੀ ਸੀ ਕਿੰਨੇ ੱਤਕੇ ਖਾਦੇ ਸੀ ਕਿਵੇਂ ਲੋਕਾਂ ਦੇ ਤਾਨੇ ਮਿਹਣੇ ਸੂਲਾਂ ਵਾਂਗ ਚੁੱਭਦੇ ਉਸ ਆਪਣੇ ਪਿੰਡੇ ਉੱਪਰ ਮਹਿਸੂਸ ਕੀਤੇ ਸਨ ਸੀਬੋ ਦੇ ਬਾਪੂ ਮਰੇ ਤੋਂ ਉਹਨੇ ਬੰਦਿਆਂ ਵਾਲੇ ਜਵੇ ਨਾਲ ਘਰ ਸੰਭਾਲ ਲਿਆ ਸੀ ਹਾੜੀ ਸੋਣੀ ਉਹਨੇ ਸੀਰੀਆਂ ਵਾਂਗ ਇੱਤਾਂ ਚ ਕੰਮ ਕੀਤਾ ਸੀਬੋ ਉਦੋਂ ਮਸਾਂ 3 ਸਾਲਾਂ ਦੀ ਸੀ ਤੇ ਜਾਗ ਰਹਾ ਲਈ ਮਹਾਕੁਰ ਦੇ ਪੇਟ ਚ ਸੀ ਦੀਵਾਲੀ ਵਾਲੀ ਰਾਤ ਤੋਂ 2 ਦਿਨ ਪਹਿਲਾਂ ਰਾਤ ਨੂੰ ਨੇਰੇ ਹੋਏ ਸਿਬੋ ਦਾ ਬਾਪੂ ਸ਼ਰਾਬੀ ਤੇ ਵੱਡਿਆਂ ਟੁੱਕਿਆ ਘਰ ਪਹੁੰਚਿਆ ਮਹਾਕੁਰ ਨੂੰ ਇਉਂ ਲੱਗਿਆ ਜਿਵੇਂ ਕੋਈ ਉਹਨੂੰ ਛੱਡ ਕੇ ਬਾਹਰੋਂ ਹੀ ਮੁੜ ਗਿਆ ਹੋਵੇ ਘਰੇ ਮੰਝੇ ਤੇ ਡਿੱਗ ਕੇ ਹਾਂ ਹੂੰ ਹਾਏ ਤੋਂ ਬਿਨਾ ਨਾ ਉਸ ਕੁਝ ਦੱਸਿਆ ਨਾ ਹੀ ਅੱਖਾਂ ਖੋਲੀਆਂ ਮਹਾਕੁਰ ਰੋਂਦੀ ਫਿਰਦੀ ਨੇ ਹਲਦੀ ਭੁੱਕ ਕੇ ਪੱਟੀਆਂ ਬੰਨੀਆਂ ਖੂਨ ਬਹੁਤ ਨਿਕਲ ਰਿਹਾ ਸੀ ਯੋਗ ਡਾਕਟਰੀ ਦਾ ਔੜਪੌੜ ਕੋਈ ਨਹੀਂ ਸੀ ਕਬਰਾਈ ਤੋਂ ਆਣ ਗਉਣ ਨੂੰ ਵੀ ਨਹੀਂ ਦੱਸਿਆ ਗਿਆ ਤੜਕੇ ਜਦੋਂ ਬੁਲਾਇਆ ਬੋਲਿਆ ਹੀ ਨਹੀਂ ਹਿੱਲਿਆ ਵੀ ਨਹੀਂ ਤਾਂ ਮੈਂ ਮੁੱਕ ਜਾ ਤੈਨੂੰ ਤੱਤੀ ਵਾ ਨਾ ਲੱਗੇ ਕਿਹੜੇ ਨਰਕਾਂ ਚ ਧੱਕਾ ਦੇ ਗਿਆ ਵੇ ਸੋਹਰੇ ਦੇ ਪੁੱਤਾਂ ਤੂੰ ਕੁਛ ਦੱਸ ਕੇ ਤਾਂ ਜਾਂਦਾ ਮਹਾਕੌਰ ਨੇ ਡੁੰਗੇ ਵੈਣ ਪਾਉਂਦੇ ਆ ਪਾਵੇ ਨਾਲ ਸਿਰ ਭੰਨ ਲਿਆ ਸੀਬੂ ਡਰੀ ਤੇ ਰੋਂਦੀ ਲਹੂ ਲੋਹਾਨ ਹੋਈ ਬਾਪੂ ਵੱਲ ਝਾਕਦੀ ਬੇਬੇ ਨਾਲ ਘੁੱਟ ਕੇ ਚਿੰਬੜ ਗਈ ਫਿਰ ਸਾਰਾ ਪਿੰਡ ਮਹਾਕੌਰ ਦੇ ਘਰ ਵੱਲ ਟੁੱਟ ਪਿਆ ਉਹਦੇ ਮਰਨ ਦਾ ਜਿਹੜਾ ਭੇਦ ਬਣਿਆ ਕੋਈ ਵੀ ਨਾ ਜਾਣ ਸਕਿਆ ਨੇਰੀ ਪਟਵਾਰੀ ਤੇ ਨੰਬਰਦਾਰ ਤੋਂ ਬਿਨਾ ਉਹ ਹੋਰ ਕਿਸੇ ਨਾਲ ਘੱਟ ਵੱਧੀ ਖਾਂਦਾ ਪਿੰਦਾ ਸੀ ਕਿਸੇ ਨੂੰ ਉੱਚਾ ਨੀ ਮੌਕਾ ਦੇ ਨਹੀਂ ਸੀ ਬੋਲਿਆ ਕੱਪੜਿਆਂ ਨੂੰ ਕਦੇ ਦਾਗ ਨਹੀਂ ਸੀ ਲੱਗਣ ਦਿੰਦਾ ਮਹਾਕੌਰ ਨੂੰ ਆਪ ਬੜਾ ਚਾਹ ਸੀ ਨਿੱਤ ਦਿਨ ਚੜ੍ਹਦੇ ਉਹਨੂੰ ਧੋਤੇ ਕੱਪੜੇ ਦਿੰਦੀ ਉਹੀ ਖੋਨ ਚ ਲੱਤਪਤ ਹੋਇਆ ਪਿਆ ਮਹਾਕੌਰ ਨੂੰ ਹੁਣ ਵੀ ਨਹੀਂ ਭੁੱਲਦਾ ਨਾ ਹੀ ਮਹਾਕੌਰ ਨੇ ਉਸ ਤੋਂ ਬਾਅਦ ਕਦੇ ਆਪ ਆਪਣੇ ਮੈਲੇ ਲੀੜੀਆਂ ਵੱਲ ਗੋਲਿਆ ਇਸ ਘਟਨਾ ਤੋਂ 4-5 ਮਹੀਨੇ ਬਾਅਦ ਜੰਗ ਜਾਗਰ ਜੰਮੇ ਤੋਂ ਮਹਾਕੌਰ ਪੂ ਬੇਰੋਈ ਗਲੀ ਗਵਾਂਡ ਦੀਆਂ ਤੀਵੀਆਂ ਨੇ ਜਿੰਨੇ ਮੂੰਹ ਨਹੀਂ ਗੱਲਾਂ ਕੀਤੀਆਂ ਰੱਬ ਨੇ ਪੈਸਾ ਸਿੱਟ ਕੇ ਰੁਪਈਆ ਚੁਕ ਲਿਆ ਪਹਿਲਾਂ ਹੀ ਪਿਓ ਲੈ ਗਿਆ ਹੁਣ ਪਤਾ ਨਹੀਂ ਕੀ ਕਰੂ ਕੋਈ ਹੋਰ ਆਖਦੀ ਮਹਾਕੌਰ ਨੇ ਹੰਝੂਆਂ ਦੀ ਗੁੱਟਤੀ ਦੇ ਕੇ ਮੁੰਡੇ ਨੂੰ ਪਿਆਰ ਕੀਤਾ ਰੱਬ ਦਾ ਭਾਣਾ ਮੰਨ ਕੇ ਸਬਰ ਕਰ ਗਈ ਪਰ ਅੱਜ ਸਿਬੋ ਦਾ ਬਾਪੂ ਬਹੁਤ ਯਾਦ ਆਇਆ ਰੋਕਣ ਤੇ ਵੀ ਬਾਰ-ਬਾਰ ਉਹਦੀਆਂ ਅੱਖਾਂ ਵਹਿ ਤੁਰਦੀਆਂ ਸੀਬੋ ਮੇਲਾ ਬੀਲਾ ਮੇਲਾ ਬੀਲਾ ਕਰਦੀ ਚਾਂਬਲੀ ਉਹਦੀਆਂ ਲੱਤਾਂ ਬਾਹਾਂ ਮਰੋੜ ਜਾਂਦੀ ਜਾਂ ਚੁੱਕਣ ਨੂੰ ਪੈਂਦੀ ਤਾਂ ਮਹਾਕੌਰ ਛਿੜਕ ਦਿੰਦੀ ਹਥੇਲੀ ਦੇ ਫੋੜੇ ਵਾਂਗੂ ਉਹਨੇ ਦੋਹਾਂ ਧੀ ਪੁੱਤਾਂ ਨੂੰ ਪਾਲਿਆ ਸੰਭਿਆ ਕਦੇ ਉਹਦੀ ਭੈਣ ਆ ਕੇ ਮਿਲ ਜਾਂਦੀ ਕਦੇ ਭਰਾ ਆਉਂਦਾ ਕਈ ਰਾਵਾਂ ਉਹਦੇ ਮੂਰੇ ਰੱਖੀਆਂ ਕਿਤੇ ਬੈਠ ਜਾਂਦੀਆਂ ਸਾਰੀ ਉਮਰ ਕਿੰਨੀ ਔਖੀ ਹੈ ਲੰਘਣੀ ਉਹ ਆਖਦੇ ਕੁੜੀ ਤੇ ਮੁੰਡੇ ਦੀ ਛੋਟੀ ਉਮਰ ਦਾ ਵਾਸਤਾ ਪਾਉਂਦੇ ਪਰ ਮਹਾਕੌਰ ਕੰਨਾ ਮੁੱਢ ਮਾਰੀ ਰੱਖਦੀ ਆਖ ਸੁਣ ਕੇ ਉੱਤਰ ਜਾਂਦੇ ਮਹਾਕੁਰ ਜ਼ਿੱਦੀ ਸੀ ਆਪਣੀ ਹਿੰਦ ਛੱਡੀ ਨਾ ਜਿੰਨਾ ਹੋ ਸਕਦਾ ਸੀ ਕੰਮ ਕਰਦੀ ਰਹੀ ਵਕਤ ਲੰਘਦਾ ਗਿਆ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਸੀ ਬੋ ਦਿਨੋਂ ਦਿਨ ਵੱਡੀ ਹੋਣ ਲੱਗੀ ਮਹਾਕੁਰ ਸੋਚਦੀ ਜੇ ਬੱਚਿਆਂ ਦੀ ਖਾਤਰ ਦੂਜਾ ਵਿਆਹ ਕਰਾਉਣਾ ਹੈ ਤਾਂ ਬੱਚੇ ਹੈਗੇ ਨੇ ਮੇਰੇ ਕੋਲ ਜੇ ਦੇ ਸੁਖ ਲਈ ਵਿਆਹ ਕਰਨਾ ਹੈ ਬਥੇਰਾ ਭੋਗ ਲਿਆ ਉਹਦੇ ਨਾਲ ਹੀ ਬਗਾਨਾ ਪਤਾ ਨਹੀਂ ਕੀ ਕਿਹੋ ਜਿਹਾ ਹੋ ਮੇਰੇ ਤਾਂ ਬੱਚੇ ਰੋਲ ਜਾਣਗੇ ਰੱਬ ਦੀਆਂ ਕੀਤਿਆਂ ਨੂੰ ਮੈਂ ਕਿਉਂ ਲੱਦਾ ਹੁਣ ਤਾ ਜਿਵੇਂ ਲਿਖੀ ਐ ਭੋਗ ਮਨਾ ਅੰਗ ਪੰਜਵਾਂ ਅਗਲੇ ਬਰੇ ਅੰਚ ਮਹਾਕੌਰ ਦੇ ਆਪਣੇ ਕਹਿਣ ਵਾਂਗ ਰੱਬ ਨੇ ਗਿਣ ਗਿਣ ਬਦਲੇ ਲੈ ਕੇ ਦਿਨ ਕਢਾਈ ਜਾਗਰ ਅਕਸਰ ਢਿੱਲਾ ਮਠਾ ਰਹਿੰਦਾ ਸਾਧਾਂ ਤੇ ਪੰਡਤਾਂ ਤੇ ਤਵੀਤਤਾ ਗਿਆਨ ਨਾਲ ਮਹਾਕੌਰ ਨੇ ਉਹਨੂੰ ਨੌਵੇਂ ਬਰੇ ਚ ਚੜਾਇਆ ਕੋਈ ਟੂਣਾ ਟੰਮਣੂ ਨੇ ਛੱਡਿਆ ਨਾ ਇੱਕ ਵਾਰੀ ਤਾਂ ਔਖੀ ਹੋ ਕੇ ਉਹਨੇ ਬੱਕਰੇ ਦੀ ਸੁੱਖ ਵੀ ਪੂਰੀ ਕੀਤੀ ਉਦੋਂ ਜਾਗਰ ਨੂੰ ਸੋਕੜਾ ਹੋ ਗਿਆ ਸੀ ਤਾ ਕਿਤੇ ਜਾ ਕੇ 100 ਪਾਪੜ ਵੇਲ ਕੇ ਹੁਣ ਜਾਗਰਵਲ ਝਾਗ ਕੇ ਮਹਾਕੋਰ ਦੇ ਚਿੱਤ ਨੂੰ ਸ਼ਾਂਤੀ ਆਉਣ ਲੱਗੀ ਹੁਣ ਜਾਗਰ ਜਦੋਂ ਗਲੀ ਚ ਹਾਣਦਿਆਂ ਮੁੰਡਿਆਂ ਨਾਲ ਖੇਡਦਾ ਤਾਂ ਮਹਾਕੋਰ ਦਾ ਅੰਦਰ ਖੇਡ ਜਾਂਦਾ ਪਰ ਨਾਲ ਹੀ ਉਹਦਾ ਬਿੱਤੇ ਵਰਿਆਂ ਜਿੱਡਾ ਹੋਕਾ ਨਿਕਲ ਜਾਂਦਾ ਜਿਵੇਂ ਸੀਬੋ ਦਾ ਬਾਪੂ ਜਿਉਂਦਾ ਹੁੰਦਾ ਥੋੜੇ ਘਰ ਦੀਆਂ ਕੁੜੀਆਂ ਵਾਂਗ ਸੀਬੋ ਕੋੜੀ ਵੇਲ ਦੀ ਤਰ੍ਹਾਂ ਵਧੀ ਉਹਦੀ ਕਦੇ ਅੱਖ ਵੀ ਨਹੀਂ ਸੀ ਦੁਖੀ ਰੁੱਖੀਆਂ ਮਿਸੀਆਂ ਖਾਂਦੀ ਵੀ ਆਂਡ ਗਵਾਂਡ ਦੀਆਂ ਕੁੜੀਆਂ ਨਾਲੋਂ ਹੁੰਦੜ ਖੇਲ ਸੀ ਬਾਰ ਖੇਤ ਤੇ ਘਰੇ ਵੀ ਉਹ ਮਾਣ ਨਾਲ ਹਰ ਕੰਮ 'ਚ ਹੱਥ ਵਟਾਉਂਦੀ ਨਿੱਕੀ ਹੁੰਦੇ ਨੂੰ ਸੂਈ ਧਾਗਿਆਂ ਦਾ ਬੜਾ ਚਾਹ ਸੀ ਵੱਧਦੀ ਉਮਰ ਉਹਦੇ ਹੱਥਾਂ ਨੂੰ ਹੋਰ ਹੋਰ ਸੁਚੱਜਾ ਬਣਾਉਂਦੀ ਗਈ ਧੀ ਦੀ ਉਮਰ ਮਹਾਂਕੌਰ ਦੀ ਚਿੰਤਾ ਬਣਨ ਲੱਗੀ ਕਈ ਵਾਰੀ ਉਸ ਵੱਲ ਤੱਕ ਦੀ ਸੋਚਦੀ ਚੰਦਰੀ ਕਿਵੇਂ ਕੋਠੇ ਜਿੱਡੀ ਹੁੰਦੀ ਜਾਂਦੀ ਹੈ ਘਰ ਚਾਈ ਚਲਾਈ ਚਲਦੀ ਸੀ ਜਿਹੜਾ ਦਾਣਾ ਫੱਕਾ ਹੜੀ ਸੋਣੀ ਆਉਂਦਾ ਥੋੜਾ ਬਹੁਤ ਉਸੇ ਦਾ ਹੀ ਆਸਰਾ ਸੀ ਸੰਕੋਚ ਨਾਲ ਉਹ ਆਪਣੇ ਕਬੀਲਦਾਰੀ ਰੇੜੀ ਆਉਂਦੀ ਸੀ ਜੱਗ ਰਜੇ ਨਿਆਣਾ ਸੀ ਮਹਾਕੌਰ ਰੱਬ ਮੂਰੇ ਅਰਦਾਸਾਂ ਕਰਦੀ ਰਹਿੰਦੀ ਉਹ ਦਿਨ ਛੇਤੀ ਲਿਆਉਣ ਦਿਖਾਉਣ ਬਾਰੇ ਗੁਰਦੁਆਰੇ ਮੱਥੇ ਰਗੜਦੀ ਕਦੋਂ ਦਾ ਪੁੱਤ ਵੱਡਾ ਹੋ ਕੇ ਆਪ ਹਲ ਜੋੜੂ ਸਿਬੋ ਲੋੜੇ ਦੀ ਸ਼ੁਕੀਨ ਨਿਕਲੀ ਕਮੀ ਤੰਦੀ ਲੱਗੀ ਵੀ ਉਹ ਬਾਹ ਲੱਗਦੀ ਮੈਲਾ ਕੱਪੜਾ ਨਾ ਪਾਉਂਦੀ ਮਹਾਕੌਰ ਨੇ ਵੀ ਉਹਨੂੰ ਕਦੇ ਟੋਕਿਆ ਨਹੀਂ ਸੀ ਕਦੇ ਛਿੜਕਿਆ ਨਹੀਂ ਸੀ ਉਹਦੇ ਸਾਫ਼ ਸੁਥਰੇ ਕੱਪੜੇ ਵੇਖ ਕੇ ਮਹਾਕੌਰ ਨੂੰ ਸਿਬੋ ਦਾ ਬਾਪੂ ਚੇਤੇ ਆ ਜਾਂਦਾ ਜਾਣੀ ਜਮਾ ਹੀ ਆਪਦੇ ਪਿਓ ਤੇ ਗਈ ਉਹ ਸੋਚਦੀ ਆਨੀ ਬਹਾਨੀ ਉਹਨੇ ਆਪਣੀ ਭੈਣ ਕੋਲੇ ਤੇ ਭਰਾ ਕੋਲੇ ਵੀ ਗੱਲਿੰਗ ਗੱਲਿੰਗ ਜਣਾਇਆ ਪੇ ਮੁੰਡਾ ਨਿਗਾ ਚ ਰੱਖਣਾ ਰੱਖਣ ਬਣਦਾ ਤਣ ਦਾ ਜਦੋਂ ਵੀ ਮਿਲਣ ਆਉਂਦੇ ਸੀਬੋ ਦੀ ਵੱਢੀ ਉਮਰ ਦਾ ਜ਼ਿਕਰ ਮਹਾਕੌਰ ਜ਼ਰੂਰ ਕਰਦੀ ਆਖਦੀ ਕੁੜੀ ਤਾਂ ਗੱਲ ਨੂੰ ਆਉਂਦੀ ਜਾਂਦੀ ਹੈ ਮਹਾਕੌਰ ਚਾਹੁੰਦੀ ਸੀ ਇਕਲौती ਧੀ ਨੂੰ ਵਿੱਤ ਮੁਜਬ ਕੋਈ ਚੰਗਾ ਘਰ ਲੱਭ ਕੇ ਦੇਵੇ ਸੋਨਾ ਸੁਨੱਖਾ ਵਰ ਸਿਹੇੜੇ ਆਂਗਵਾਂ ਦੀਆਂ ਤੀਵੀਆਂ ਕੋਲ ਵੀ ਮਹਾਕੌਰ ਕਈ ਵਾਰ ਆਪਣਾ ਦੁੱਖ ਰੋ ਲੈਂਦੀ ਅੜਿਆ ਜੀ ਤਾਂ ਕਰਦਾ ਕੁੜੀ ਨੂੰ ਰਾਜ ਕਰਾ ਦਿਆਂ ਜੇ ਕਿਤੇ ਮਾੜਿਆਂ ਨਾਲ ਹੱਥ ਜੁੜ ਗਏ ਇਹਨੇ ਸੋਚਣਾ ਪਿਓ ਸਿਰ ਤੇ ਹੈ ਨਹੀਂ ਸੀ ਮਾਂ ਨੇ ਡੋਪਦੀ ਕੁੜੀ ਤਾਂ ਇੰਨੀ ਸੱਚਿਆਰੀ ਆ ਤੁਹਾਨੂੰ ਪਤਾ ਤੀਜੇ ਦਿਨ ਕੱਲੀ ਦਰੀ ਲਾ ਲੈਂਦੀ ਐ RAM ਸਿਉਂ ਦੀ ਪੋਤੀ ਦੇ ਦਾਜ ਵਾਲੀਆਂ ਦਰੀਆਂ ਸੀਬੂ ਨਹੀਂ ਬਣਾਈਆਂ ਸੀ ਬਗਾਨੇ ਜੱਟਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਸੀਬੋ ਦੀਆਂ ਸਫਤਾਂ ਕਰਨ ਲਈ ਮਹਾਂਕੌਰ ਨੂੰ ਸ਼ਬਦ ਨਹੀਂ ਸੀ ਲੱਤੇ ਬੇਬਿਆਹ ਹੀ ਤਾਂ ਗੱਲ ਆ ਗਰੀਬਾਂ ਦੀਆਂ ਸਚਿਆਰੀਆਂ ਵੀ ਕੁਡਰਾਂ ਬਣ ਜਾਂਦੀਆਂ ਮੁੰਡਿਆਂ ਵਾਲਿਆਂ ਦੇ ਤਾਂ ਡੇਡੇ ਮੂੰਹ ਟੱਡੇ ਵੇ ਆ ਉਹ ਤਾਂ ਬੇਲ ਬੂਟੇ ਨਹੀਂ ਨੋਟ ਭਾਲਦੇ ਆ ਸੁਣਨ ਵਾਲੀ ਕੋਈ ਬਾਹਾਂ ਚੌੜੀਆਂ ਕਰਕੇ ਖੁੱਲੇ ਮੂੰਹਾਂ ਦੀ ਸ਼ਕਲ ਬਣਾ ਕੇ ਆਕਦੀ ਮਹਾਂਕੌਰ ਨੂੰ ਜਿੱਥੇ ਵੀ ਕਿਧਰੇ ਦੱਸ ਪੈਂਦੀ ਆਪਣੇ ਭਰਾ ਗੁਰਦੇਵ ਨੂੰ ਭੇਜਦੀ ਇੱਕ ਇੱਕ ਗੱਲ ਪੁੱਛਦੀ ਕਿਸੇ ਘਰ ਮੁੰਡੇ ਬਹੁਤੇ ਹੁੰਦੇ ਤਾਂ ਨੂੰ ਲੱਗਦਾ ਜਿੱਦੇ ਇਹ ਸਾਰੇ ਵਿਆਹ ਹੀ ਗਏ ਤਾਂ ਦਰਾਣੀਆਂ ਜਠਾਣੀਆਂ ਨਹੀਂ ਮੇਰੀ ਧੀ ਦੇ ਨੱਕ 'ਚ ਦਮ ਕਰ ਦੇਣਾ ਚੰਗੀ ਚੋਖੀ ਜ਼ਮੀਨ ਵਾਲੇ ਸਿੱਧੇ ਮੂੰਹ ਗੱਲ ਵੀ ਨਾ ਕਰਦੇ ਬਾਲੇ ਨੰਗਾ ਦੇ ਘਰ ਉਹ ਕੁੜੀ ਨੂੰ ਭੁੱਖਾ ਮਾਰਨਾ ਨਹੀਂ ਸੀ ਚਾਹੁੰਦੀ ਕਿਸੇ ਘਰ ਗੱਲ ਠੀਕ ਬੈਠਦੀ ਲੱਗਦੀ ਮੁੰਡਾ ਛੱਗੇ ਨਾਲ ਨੱਕ ਪੁੰਝਦਾ ਜਾਪਦਾ ਕਿਸੇ ਮੁੰਡੇ ਹੀ ਸੇ ਦੋ ਸਿਆੜ ਵੀ ਨਾ ਹੁੰਦੇ ਬੜੀ ਥਾਈ ਦਸਾਂ ਪਈਆਂ ਜਦੋਂ ਮਹਾਕੌਰ ਮੁੰਡੇ ਬਰਾਬਰ ਆਪਣੀ ਧੀ ਨੂੰ ਤੋਲਦੀ ਤਾਂ ਪੱਲੜਾ ਕਿਸੇ ਨਾ ਕਿਸੇ ਪਾਸੇ ਪਾਸਕੂ ਖਾ ਜਾਂਦਾ ਮਾੜਾ ਘਰ ਹੁੰਦਾ ਤਾਂ ਮਹਾਕੌਰ ਰੱਖਦੀ ਇੱਥੇ ਕੁੜੀ ਡੁੱਬਣੀ ਐ ਬਾਲਾ ਤਕੜਾ ਘਰ ਹੁੰਦਾ ਤਾਂ ਕਹਿੰਦੀ ਇੱਥੇ ਨਹੀਂ ਆਪਣੀ ਦਾਲ ਗਲ ਨਹੀਂ ਇਉਂ ਕੋਈ ਚੰਗਾ ਘਰ ਤੇ ਸੋਹਣਾ ਸੁਨੱਖਾ ਵਾਰ ਭਾਲਦਿਆਂ ਮਹੀਨਿਆਂ ਉੱਪਰੋਂ ਮਹੀਨੇ ਲੰਘਣ ਲੱਗੇ ਕਦੇ-ਕਦੇ ਸੀਬੋ ਦੇ ਕੰਨੀ ਕੋਈ ਗੱਲ ਪੈ ਜਾਂਦੀ ਉਹਨੂੰ ਨਾ ਪਸੰਦ ਕਰਨ ਦੀ ਜਾਂ ਕਿਧਰੋਂ ਜਵਾਬ ਆ ਜਾਣ ਦੀ ਦਿਲ ਅੰਦਰੋਂ ਸ਼ੰਕਾ ਉੱਠਦਾ ਸ਼ਾਇਦ ਸੋਹਣੀ ਨਾ ਹੋਵਾਂ ਉਮਰ ਦੇ ਨ ਵਰਿਆਂ 'ਚ ਹਰ ਇੱਕ ਮੁੰਡਾ ਕੁੜੀ ਆਪਣੇ ਆਪ ਨੂੰ ਬਣਾ ਸਵਾਰ ਕੇ ਰੱਖਦਾ ਹੈ ਸੀਬੋ ਆਪਣੀ ਬੇਬੇ ਦੇ ਸੰਦੂਕ ਚ ਜੜੇ ਸ਼ੀਸ਼ੇ ਵਿੱਚੋਂ ਦੀ ਜਦੋਂ ਆਪਣਾ ਚਿਹਰਾ ਵੇਖਦੀ ਉਹਨੂੰ ਕੋਈ ਊਨਤਾ ਦਿਸਦੀ ਨਾ ਸੋਚਦੀ ਨੈਣ ਨਕਸ਼ ਵੀ ਦੂਜੀਆਂ ਕੁੜੀਆਂ ਵਰਗੇ ਹੀ ਆ ਗਰੀਬੀ ਲੈਣ ਦੇਣ ਜਾਂ ਘੋੜੀਆਂ ਜੋੜੀਆਂ ਦੇ ਵਿਹਾਰਾਂ ਤੱਕ ਉਹ ਸੋਚ ਨਾ ਸਕਦੀ ਉਸ ਅੰਦਰ ਨਿਗੂਨਤਾ ਦਾ ਛੋਟੇਪਣ ਦਾ ਤੇ ਕਿ ਸੋਹਣੀ ਹੋਣ ਦਾ ਅਹਿਸਾਸ ਰਹਿਣ ਲੱਗਾ ਤੇ ਉਹ ਆਪਣੇ ਆਪ ਨੂੰ ਦੂਜੀਆਂ ਕੁੜੀਆਂ ਨਾਲੋਂ ਹਰ ਗੱਲੋਂ ਪਿੱਛੇ ਹੋਣ ਦੇ ਫਿਕਰ ਚ ਗਰਸੀ ਰਹਿਣ ਲੱਗੀ ਉਦੋਂ ਸੀਬੋ ਦੀ ਉਮਰ ਉਸ ਬੰਦ ਕਲੀ ਵਾਂਗ ਸੀ ਜਿਹੜੀ ਹਾਲੇ ਖਿੜੀ ਤਾਂ ਨਹੀਂ ਸੀ ਪਰ ਖਿਲਣ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ ਧੰਨਵਾਦ ਚਲਦਾ